केपीडी न्यूज, हक सच और इंसाफ की आवाज। केपीडी न्यूज, हक सच और इंसाफ की आवाज। जलंधर दे कंपनी बाग चौंक च सफाई कर्मचारियों वालों पंजाब सरकार अते चौधरी साहब का पुतला फूक के रोस प्रदर्शन किया गया। सफाई कर्मचारियों का कहना है कि सरकार पहले तो वड्डे वड्डे वादे करती है पर बाद विच अपनी जुबान के मुताबिक काम नहीं करती। उन्होंने ये भी कहा कि पंजाब सरकार सिर्फ साढ़े सफाई कर्मचारियों के नाल ही नहीं साढ़े बच्चों के भविख के नाल भी खिलवाड़ कर रही है। उन्होंने कहा कि सरकार ये नोटिफिकेशन जारी कर रही है कि बच्चों नूं इम्तहान फीस लैके डायरैक्ट सरकार के खाते च जमा कराई जाए ता जो सरकार की मंदी हालत में सुधार हो सके। सफाई कर्मचारियों का कहना है कि सरकार की मंदी हालत में सुधारन की जिम्मेवारी ना तो सफाई कर्मचारियों की है और ना ही इन्हों के बच्चों की। सरकार नूं खुद अपने खर्चे घट करके इन्हां सब तो बाहर निकलना चाहिए है। अते नाल ही उन्हां कहा कि सरकार जो भी कर्मचारी भत्ता करेगी उसनूं पक्के तौर पर भर्ती करना होगा अते बच्चों नूं जो पोस्ट मैट्रिक स्कॉलरशिप स्कीम प्रति जो नोटिफिकेशन जारी किया गया है उसनूं रद्द किया जाए। जलंधर तो रवि गिल अते साहिल मल्होत्रा की रिपोर्ट। ਸਾਡਾ ਤਾਂ ਰੋਸ਼ ਹੀ ਰੋਸ਼ ਹੈ ਜੀ। ਪਹਿਲੀ ਤਾਂ ਗੱਲ ਇਹ ਹੈ ਵੀ ਜਦੋਂ ਦੀ ਗਵਰਨਮੈਂਟ ਬਣੀ ਆ ਲਗਭਗ 2 ਸਾਲ ਹੋ ਗਏ, ਨਾ ਮੁਲਾਜ਼ਮਾਂ ਨੂੰ ਕੋਈ ਡੀਏ, ਨਾ ਕੋਈ ਏਰੀਅਰ, ਨਾ ਕੋਈ ਪੇ ਕਮਿਸ਼ਨ, ਨਾ ਕੋਈ ਵਰਦੀਆਂ, ਨਾ ਕੋਈ ਦੂਸਰੇ ਤੀਸਰੇ ਕੁਛ ਵੀ ਇਹਨਾਂ ਦੇ ਲੋਕ ਸਾਨੂੰ ਕੁਛ ਨਹੀਂ ਮਿਲਿਆ ਮੁਲਾਜ਼ਮਾਂ। ਔਰ ਨਾਲ ਦੇ ਨਾਲ ਜਿਹੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਇਹਨਾਂ ਨੇ ਰੋਲ ਕੇ ਰੱਖ ਦਿੱਤੀ ਹੈ, ਦੋਨੇ ਸਰਕਾਰਾਂ ਨੂੰ ਮੈਂ ਬਲੇਮ ਕਰੂੰਗਾ, ਚਾਹੇ ਉਹ ਕੇਂਦਰ ਸਰਕਾਰ ਹੋਵੇ ਅਤੇ ਚਾਹੇ ਉਹ ਸੂਬਾ ਸਰਕਾਰ ਹੋਵੇ, ਦੋਨੇ ਸਰਕਾਰਾਂ ਦਾ ਮੈਂ ਇੱਥੇ ਕਹੂੰਗਾ ਵੀ ਰੋਲ ਜਿਹੜਾ ਆ ਬੜਾ ਮੰਦਭਾਗਾ ਰਿਹਾ ਸਰਕਾਰਾਂ ਦਾ। ਚਲੋ ਅਸੀਂ ਕਿਉਂ ਕਹਿਣਾ, ਪਹਿਲੀ ਤਾਂ ਗੱਲ ਜਿਹਨਾਂ ਦੀ ਜ਼ਿੰਮੇਵਾਰੀ ਫਿਕਸ ਹੁੰਦੀ ਹੈ ਦਲਿਤ MLA MP, ਮੈਂ ਸਮਝਦਾ ਕਿ ਇਹਨਾਂ ਨੇ ਆਪਣਾ ਜਿਹੜਾ ਰੋਲ ਜਿਹੜਾ ਸਹੀ ਪਰਫੋਰਮ ਨਹੀਂ ਕੀਤਾ। ਜਿਹੜੇ ਅੱਜ ਇਹ ਸਕੀਮ ਦਾ ਹਾਲ ਤੁਸੀਂ ਦੇਖੋ, ਬੱਚਿਆਂ ਦੇ ਨਾਲ ਕੀ ਹਾਲਾਤ ਹੋ ਗਏ, ਔਰ ਪਿਛਲੇ ਦਿਨੀ ਅਖਬਾਰਾਂ ਰਾਹੀਂ ਸਾਨੂੰ ਪਤਾ ਲੱਗਾ ਕਿ ਪੰਜਾਬ ਗਵਰਨਮੈਂਟ ਨੇ ਇਹ ਵੀ ਨੋਟੀਫਿਕੇਸ਼ਨ ਕਰਨ ਜਾ ਰਹੀ ਹੈ ਕਿ ਬੱਚਿਆਂ ਤੋਂ ਜਿਹੜੀ ਫੀਸ ਲੈ ਕੇ ਨਾ ਐਗਜ਼ਾਮੀਨੇਸ਼ਨ ਫੀਸ ਲੈ ਕੇ ਪੰਜਾਬ ਸਰਕਾਰ ਦੇ ਖਾਤੇ 'ਚ ਪਾਓ ਤਾਂ ਜੋ ਪੰਜਾਬ ਸਰਕਾਰ ਦੀ ਜਿਹੜੀ ਤੰਗ ਹਾਲੀ ਆ ਉਹ ਦੂਰ ਹੋ ਜਾਵੇ। ਮੈਂ ਇੱਥੇ ਇਸ ਮਾਧਿਅਮ ਤੋਂ ਇਹ ਬੇਨਤੀ ਕਰਦਾ ਸਰਕਾਰ ਨੂੰ ਵੀ ਸਰਕਾਰ ਦੀ ਜਿਹੜੀ ਤੰਗ ਹਾਲੀ ਦੀ ਜ਼ਿੰਮੇਵਾਰੀ ਆ ਨਾ ਉਹ ਸਟੂਡੈਂਟਸ ਦੀ ਆ ਨਾ ਉਹ ਮੁਲਾਜ਼ਮਾਂ ਦੀ ਆ। ਇਹਨਾਂ ਨੂੰ ਜੇ ਐਡੀ ਤੰਗ ਹਾਲੀ ਲੱਗਦੀ ਆ, ਇਹਨਾਂ ਨੇ ਕਿਹੜੀ ਐਸੀ ਚੀਜ਼ ਕੀਤੀ ਆ ਲੋਕਾਂ ਦੇ ਉੱਤੇ ਜਿਹੜੇ ਇਹਨਾਂ ਨੇ ਵਾਅਦੇ ਐਡੇ ਐਡੇ ਵੱਡੇ ਕੀਤੇ ਸੀਗੇ, ਇੱਕ ਵੀ ਵਾਅਦਾ ਨਹੀਂ ਇਹਨਾਂ ਨੇ ਆਪਣਾ ਪਰਫੋਰਮ ਕੀਤਾ। ਔਰ ਨਾਲ ਦੇ ਨਾਲ ਤੁਸੀਂ ਦੇਖੋ ਆਪਣੀਆਂ ਨਵੀਆਂ ਲਗਜ਼ਰੀ ਗੱਡੀਆਂ ਲੈਣ ਦੀ ਗੱਲ ਕਰਦੇ ਆ, ਜੇ ਇਹਨਾਂ ਨੂੰ ਐਡਾ ਹੀ ਬਜਟ ਤੋਂ ਲੱਗਦਾ ਵੀ ਸਾਡੇ ਕੋਲ ਤੰਗ ਹਾਲੀ ਆ, ਖਸਤਾ ਹਾਲ ਸਾਡਾ ਹੋ ਗਿਆ ਹੋਇਆ ਹੈਗਾ, ਅਤੇ ਆਪਣੇ ਖਰਚੇ ਕਿਉਂ ਨਹੀਂ ਘਟਾਉਂਦੇ, ਆਪਣੀਆਂ ਤਨਖਾਹਾਂ ਕਿਉਂ ਨਹੀਂ ਘੱਟ ਕਰਦੇ, ਇੰਨੇ ਇੰਨੇ ਭੱਤੇ ਲੈਂਦੇ ਆ ਇਹ MLA MP, ਇਹਨਾਂ 'ਤੇ ਕਿਉਂ ਨਹੀਂ ਇਹ ਰੋਕਥਾਮ ਕਰਦੇ। ਸੋ ਇਹ ਦਲਿਤ ਵਿਦਿਆਰਥੀਆਂ ਦਾ ਵੀ ਜਿਹੜਾ ਇਹ ਗਲਾ ਘੁੱਟ ਰਹੇ ਆ, ਨਾਲ ਦੇ ਨਾਲ ਜਿਹੜਾ ਦੇਸ਼ ਦਾ ਭਵਿੱਖ ਸਿਰਜਦੇ ਆ ਜਿਹੜੇ ਮਾਣਯੋਗ ਸਾਡੇ ਅਧਿਆਪਕ ਹੈਗੇ ਆ, ਟੀਚਰਸ ਹੈਗੇ ਆ, ਤੁਸੀਂ ਦੇਖੋ ਉਹਨਾਂ ਨੂੰ ਕਿੰਨੇ ਦਿਨ ਹੋ ਗਏ ਆ ਉਹ ਧਰਨਿਆਂ 'ਤੇ ਬੈਠੇ ਹੋਏ ਹੈਗੇ ਆਪਣੀਆਂ ਨੌਕਰੀਆਂ ਪੱਕੀਆਂ ਕਰਵਾਉਣ ਲਈ, ਔਰ ਉਹਨਾਂ ਨਾਲ ਵੀ ਰਾਜਨੀਤੀ ਕਰੀ ਜਾਂਦੇ, ਉਹਨਾਂ ਨਾਲ ਵੀ ਸਿਆਸਤ ਕਰੀ ਜਾਂਦੇ, ਔਰ ਉਹਨਾਂ ਨੂੰ ਵੀ ਸ਼ੋਅ ਕਾਜ਼ ਨੋਟਿਸ ਕੱਢ ਦਿੱਤੇ। ਅੱਜ ਮੈਨੂੰ ਪਤਾ ਲੱਗਾ ਉਹਨਾਂ ਦੇ ਉਹ ਡਿਸਮਿਸਲ ਦੇ ਵੀ ਆਰਡਰ ਕੱਢਣ ਜਾ ਰਹੀ ਹੈ। ਇਹ ਬਹੁਤ ਮੰਦਭਾਗਾ ਇਹ ਦੇਸ਼ ਲਈ, ਇਹ ਸਰਕਾਰ ਦਾ ਜਿਹੜਾ ਮੈਂ ਰੋਲ ਸਮਝਦਾ ਸਾਰੀਆਂ ਸਰਕਾਰਾਂ ਦਾ ਬਹੁਤ ਗਲਤ ਆ, ਖਾਸ ਕਰਕੇ ਵਿਸ਼ੇਸ਼ ਤੌਰ 'ਤੇ ਪੰਜਾਬ ਸਰਕਾਰ ਨੂੰ ਮੈਂ ਕਹਿਣੀ ਚਾਹੂੰਗਾ ਇਹ ਗੱਲ ਵੀ ਜਿਹੜੇ ਟੀਚਰਸ ਹੈ ਇਹਨਾਂ ਨੂੰ ਪੱਕਿਆਂ ਕੀਤਾ ਜਾਵੇ, ਮੁਲਾਜ਼ਮਾਂ ਦੇ ਜਿਹੜੇ ਬਣਦੇ ਡਿਊਜ਼ ਹੈਗੇ ਆ ਉਹ ਚਾਹੇ DA ਆ ਚਾਹੇ ਏਰੀਅਰਸ ਹੈਗੇ ਆ ਚਾਹੇ ਹੋਰ ਭਰਤੀ ਜਿਹੜੀ ਹੈਗੀ ਆ ਉਹ ਕੀਤੀ ਜਾਵੇ, ਅਤੇ ਨਾਲ ਦੇ ਨਾਲ 535 ਤਾਂ ਜਲੰਧਰ ਸਾਡੇ ਲੋਕਲ ਦੀ ਹੈ ਨਾ, ਅਸੀਂ ਆਲ ਓਵਰ ਦੀ ਗੱਲ ਕਰਦੇ ਹਾਂ, ਠੇਕੇਦਾਰੀ ਜਿਹੜੀ ਆ ਪ੍ਰਥਾ ਇਹ ਬੰਦ ਕੀਤੀ ਜਾਵੇ। ਇਹਨਾਂ ਦੇ ਮੰਤਰੀ ਮੈਂ ਸਮਝਦਾ ਕਾਂਗਰਸ ਜ਼ਿਆਦਾ ਸਪਸ਼ਟ ਕਰੇ ਵੀ ਇਹ ਕਾਂਗਰਸ ਦੀ ਨੀਤੀ ਆ ਵੀ ਠੇਕੇਦਾਰੀ ਪ੍ਰਥਾ ਨੂੰ ਲਾਗੂ ਰੱਖਣਾ ਜਾਂ ਠੇਕੇਦਾਰੀ ਅਧੀਨ ਜਿਹੜੇ ਕਰਮਚਾਰੀਆਂ ਨੂੰ ਸਫਾਈ ਕਾਮਿਆਂ ਨੂੰ ਲਾਉਣਾ, ਸੀਵਰਮੈਨਾਂ ਨੂੰ ਲਾਉਣਾ, ਜਾਂ ਇੱਥੇ ਦੇ ਜਿਹੜੇ ਲੋਕਲ MLA MP ਹੈ ਇਹਨਾਂ ਦਾ ਕੋਈ ਆਪਣਾ ਏਜੰਡਾ ਜਾਂ ਇਹਨਾਂ ਦਾ ਕੋਈ ਆਪਣਾ ਮਿਸ਼ਨ ਆ। ਸੋ ਇਹ ਇੱਕ ਮੈਂ ਅੱਜ ਇਸ ਮਾਧਿਅਮ ਤੋਂ ਸਰਕਾਰ ਨੂੰ ਬੇਨਤੀ ਇਹ ਕਰਨਾ ਕਿ ਚੇਤਾਵਨੀ ਹੈ, ਜੇ ਨਹੀਂ ਸਮਝੀ ਸਰਕਾਰ ਤਾਂ ਫਿਰ ਸਾਡਾ ਸਟਰਗਲ ਜਿਹੜਾ ਆ ਉਹ ਵੱਡੇ ਪੱਧਰ ਦੇ ਉੱਤੇ ਜਾਊਗਾ, ਔਰ ਇਹਦੀ ਜਿਹੜੀ ਸਾਰੀ ਜ਼ਿੰਮੇਵਾਰੀ ਹੈ ਮੈਂ ਸਮਝਦਾ ਦਲਿਤ MLAਆਂ ਦੀ MPਆਂ ਦੀ ਵੀ ਹੋਊਗੀ ਤਾਂ ਨਾਲ ਦੇ ਨਾਲ ਸਰਕਾਰ ਦੀ ਹੋਊਗੀ। ਆਪਣੇ ਸੰਘਰਸ਼ ਦੀ ਤੁਸੀਂ ਗੱਲ ਕਰ ਰਹੇ ਹੋ, ਪਿੱਛੇ ਸਟੂਡੈਂਟ ਸੀਗੇ ਜਿਹੜੇ ਆਪਣੇ ਤਾਂ ਕਾਫੀ ਟਾਈਮ ਸੰਘਰਸ਼ ਕਰ ਰਹੇ, ਤੁਸੀਂ ਵੀ ਕਈ ਵਿੱਚ ਸ਼ਮੂਲੀਅਤ ਕੀਤੀ ਹੈਗੀ ਜੀ, ਤਾਂ ਉਹਦਾ ਕੋਈ ਆਪਣੇ ਹੋਇਆ ਸਰਕਾਰ ਤੋਂ ਕੋਈ ਅਸਰ ਪੈਂਦਾ ਨਜ਼ਰ? ਸਰਕਾਰ ਨੂੰ ਕੋਈ ਪੈਸਾ ਨਹੀਂ, ਧਰਮਸੋਤ ਸਾਹਿਬ ਜਿਹੜੇ ਆਪ ਦਲਿਤ ਹੋਏ ਪਏ ਦਲਿਤ ਹੈਗੇ ਨੇ ਉਹ ਖੁਦ ਵੀ ਮੈਂ ਸਮਝਦਾ ਝੂਠੀਆਂ ਬਿਆਨਬਾਜ਼ੀਆਂ ਕਰ ਕਰਕੇ ਲੋਕਾਂ ਨੂੰ ਵਰਗਲਾਈ ਜਾ ਰਹੇ ਆ, ਸਟੂਡੈਂਟਸ ਨੂੰ ਵਰਗਲਾਈ ਜਾ ਰਹੇ ਨੇ,
ਸੋ ਐਡੀ ਜ਼ਿੰਮੇਵਾਰੀ ਵਾਲੀ ਚੇਅਰ 'ਤੇ ਬੈਠ ਕੇ ਐਡੀ ਪ੍ਰੋਮੀਨੈਂਟ ਚੇਅਰ ਦੇ ਉੱਤੇ ਜਦੋਂ ਇਹ ਬੈਠੇ ਆ ਤਾਂ ਮੈਂ ਸਮਝਦਾ ਇਹਨਾਂ ਨੂੰ ਸੱਚ ਦੇ ਨਾਲ ਚੱਲਣਾ ਚਾਹੀਦਾ। ਮੈਂ ਸਮਝਦਾ ਜਿਹੜੀ ਸੱਚ ਆ ਉਹ ਹੀ ਲੋਕਾਂ ਤੱਕ ਆਉਣਾ ਚਾਹੀਦਾ। ਜਿਹੜੇ ਪੋਸਟ ਮੈਟ੍ਰਿਕ ਦੇ 327 ਕਰੋੜ ਰੁਪਈਆ ਜਿਹੜਾ ਆਇਆ ਸੈਂਟਰ ਗੌਰਮੈਂਟ ਨੇ ਇਹਨਾਂ ਦੇ ਖਾਤਿਆਂ 'ਚ ਪਾਇਆ, ਉਹ ਕਿਰਪਾ ਕਰਕੇ ਉਹਨੂੰ ਜਾਰੀ ਕੀਤਾ ਜਾਵੇ ਤਾਂ ਜੋ ਕਾਲਜਸ ਵਾਲਿਆਂ ਨੂੰ ਜਿਹੜੀਆਂ ਯੂਨੀਵਰਸਿਟੀਆਂ ਹੈਗੀਆਂ ਇਹਨਾਂ ਨੂੰ ਵੀ ਥੋੜ੍ਹਾ ਬਹੁਤਾ ਰਿਲੀਫ ਹੋਵੇ, ਉਹ ਵੀ ਚੱਲ ਸਕਣ। ਜੇ ਯੂਨੀਵਰਸਿਟੀਆਂ ਹੀ ਬੰਦ ਹੋ ਗਈਆਂ ਤਾਂ ਸਾਡੇ ਬੱਚਿਆਂ ਦਾ ਕੀ ਭਵਿੱਖ ਆ ਆਪਾਂ ਸਾਰੇ ਜਾਣਦੇ। ਜਿਹੜਾ ਪੁਤਲਾ ਸਾਡੇ ਉਹਦੇ ਵਿੱਚ ਆਪਣੇ 34 ਸਾਲ ਦਾ ਸੀਗਾ, ਤੁਸੀਂ ਉਹਨਾਂ ਨਾਲ ਕੀ ਰਾਬਤਾ ਹੋਇਆ ਪਿਛਲੇ ਦਿਨਾਂ 'ਚ, ਤੇ ਕੀ ਉਹਨਾਂ ਦਾ ਨਿਰਾਸ਼ਾ ਹੀ ਕਿਉਂਕਿ ਉਹਨਾਂ ਨਿਰਾਸ਼ਾ ਮੈਨੂੰ ਇਹ ਲੱਗਦੀ ਵੀ ਕਿਸੇ ਵੀ ਮੈਂ MP ਸਾਹਿਬ ਦੀ ਜੇ ਗੱਲ ਕਰੀਏ ਜਾਂ ਇੱਥੇ ਮੇਅਰ ਸਾਹਿਬ ਦੀ ਗੱਲ ਕਰਾਂ ਜਾਂ ਮੈਂ MLA ਸਾਹਿਬਾਨਾਂ ਦੀ ਗੱਲ ਕਰਾਂ ਤਾਂ ਮੈਨੂੰ ਕੋਈ ਵੀ ਬੰਦਾ ਮਤਲਬ ਐਡੀ ਗੱਲ ਵਾਲਾ ਨਹੀਂ ਲੱਗਾ ਜਿਹੜਾ ਆਪਣੇ ਕਹੇ ਹੋਏ ਬੋਲਾਂ ਦੇ ਉੱਤੇ ਕਾਬਜ਼ ਰਹੇ, ਆਪਣੇ ਕਹੇ ਹੋਈ ਗੱਲ ਦੇ ਉੱਤੇ ਕਾਬਜ਼ ਰਹੇ, ਆਪਣੀ ਕਹੀ ਹੋਈ ਗੱਲ ਨੂੰ ਪਗਾਉਣ ਲਈ ਕੋਈ ਗੱਲ ਕਰਦਾ ਹੋਵੇ। ਸਾਡੇ ਨਾਲ ਗੱਲ ਕੁਛ ਹੋਰ ਹੁੰਦੀ ਆ, ਅੰਦਰ ਖਾਤੇ ਇਹਨਾਂ ਦੀ ਮੀਟਿੰਗ 'ਚ ਕੁਛ ਹੋਰ ਹੁੰਦੀ ਆ, ਤਾਂ ਜੇ ਇਹਨਾਂ ਦਾ ਇਹ ਰਵੱਈਆ ਰਿਹਾ ਤਾਂ ਫਿਰ ਸਾਨੂੰ ਵੀ ਕਿਤੇ ਨਾ ਕਿਤੇ ਕੌੜਾ ਘੁੱਟ ਭਰਨਾ ਪੈਣਾ, ਸਾਨੂੰ ਵੀ ਸਟਰਗਲ ਜਿਹੜਾ ਆਪਣਾ ਵੱਡਾ ਕਰਨਾ ਪਊ। ਤੁਸੀਂ ਵਿਦਿਆਰਥੀ ਨਾਲ ਜਿਹੜੇ ਆਪਣੇ ਜੁੜੇ ਹੈਗੇ ਕਾਫੀ ਟਾਈਮ ਜੁੜੇ ਆ, ਤੇ ਪਿਛਲੇ ਸਾਲ ਕਿੰਨਾ ਕੁ ਮਤਲਬ ਕਿ ਪਿਛਲੀ ਵਾਰੀ ਕਿ ਦਿੱਕਤਾਂ ਦੀ ਪਿਛਲੀ ਸਰਕਾਰ ਸੀਗੀ ਤੇ ਹੁਣ ਮਤਲਬ ਕਿ ਕਿੱਦਾਂ ਦੀ ਪੋਜੀਸ਼ਨ ਹੈਗੀ ਆ? ਨਹੀਂ, ਮੈਂ ਪਿਛਲੀ ਸਰਕਾਰ ਵੇਲੇ ਵੀ ਦਿੱਕਤਾਂ ਤਾਂ ਆਉਂਦੀਆਂ ਰਹੀਆਂ ਆ, ਬਟ ਉਹ ਕਿਤੇ ਨਾ ਕਿਤੇ ਨਾਲ ਸੋਲਟ ਆਊਟ ਹੋ ਜਾਂਦੀਆਂ ਸੀ, ਬਟ ਹੁਣ ਜਿਹੜੀ ਆ ਲਗਾਤਾਰ ਤਾਂ 2 ਸਾਲ ਹੋ ਗਏ, 2 ਸਾਲਾਂ ਦੇ ਵਿੱਚ ਇਹਨਾਂ ਨੇ ਕਿਸੇ ਵੀ ਯੂਨੀਵਰਸਿਟੀ ਨੂੰ ਪੰਜਾਬ ਦੀ ਨੂੰ ਕੋਈ ਪੈਸਾ ਨਹੀਂ ਇਹਨਾਂ ਨੇ ਦਿੱਤਾ ਹੈਗਾ। ਜੇ ਕੋਈ ਦਿੱਤਾ ਵੀ ਆ ਤਾਂ ਸਿਰਫ ਬਿਆਨਬਾਜ਼ੀ ਦਿੱਤੀ ਆ, ਬਿਆਨ ਤੋਂ ਇਲਾਵਾ ਮੈਨੂੰ ਨਹੀਂ ਲੱਗਦਾ ਕੋਈ ਕਿਸੇ ਵੀ ਕਾਲਜ ਨੂੰ ਜਾਂ ਇੰਸਟੀਚਿਊਟ ਨੂੰ ਪੈਸੇ ਗਏ। ਜੋ ਸੈਂਟਰ ਗੌਰਮੈਂਟ ਦੀ ਜਿਹੜੀ ਗੱਲ ਹੈ ਉਹ 327 ਕਰੋੜ ਰੁਪਈਆ ਦੱਸਦੇ ਆ, ਬਟ ਹੁਣ ਕਾਲਜਾਂ ਦਾ ਦੇਖੋ ਜ਼ਮੀਨੀ ਹਕੀਕਤ, ਮੈਂ ਕਿੰਨਾ ਕਿ ਇਸ ਸਰਕਾਰ ਦਾ ਪਾਰਟ ਆ, ਚਾਹੇ ਉਹ ਕੇਂਦਰ ਸਰਕਾਰ ਆ ਚਾਹੇ ਸੂਬਾ ਸਰਕਾਰ ਆ, ਅਸੀਂ ਉਹਦਾ ਪਾਰਟ ਤਾਂ ਨਹੀਂ ਨਾ ਹੈਗੇ। ਅਸੀਂ ਵੀ ਜੋ ਪੇਪਰਾਂ ਰਾਹੀਂ, ਜੋ ਮੀਡੀਆ ਰਾਹੀਂ, ਜੋ ਇਲੈਕਟ੍ਰੋਨਿਕ ਮੀਡੀਆ ਰਾਹੀਂ ਸਾਨੂੰ ਨਿਊਜ਼ ਆਉਂਦੀ ਆ ਜਾਂ ਸਾਨੂੰ ਪਤਾ ਲੱਗਦਾ ਉਹੀ ਆਪਾਂ ਗੱਲ ਕਰਦੇ, ਉਹਦੇ ਬਿਆਨ ਉਹੀ ਸਾਡੇ ਬਿਆਨ ਹੁੰਦੇ। ਇੱਕ ਆਪਣੇ ਲਾਸਟ ਨੂੰ ਤੁਸੀਂ ਸੰਘਰਸ਼ ਕਰਤਾ, ਕੋਈ ਅਲਟੀਮੇਟਮ ਹੈਗਾ ਸਰਕਾਰ ਨੂੰ ਜਾਂ ਫਿਰ ਉਸ ਤੋਂ ਬਾਅਦ ਕੀ ਅਲਟੀਮੇਟਮ? ਇਹ ਹੈ ਵੀ ਅਸੀਂ ਸਰਕਾਰ ਨੂੰ ਇਹ ਚੇਤਾ ਰਹੇ ਹੈਗੇ ਆ ਕਿ ਕਾਇੰਡਲੀ ਸਾਡੇ ਹੱਕਾਂ ਦੇ ਨਾਲ ਨਾ ਖੇਡਿਆ ਜਾਵੇ, ਸਾਡੇ ਇਮੋਸ਼ਨਸ ਦੇ ਨਾਲ ਨਾ ਖੇਡਿਆ ਜਾਵੇ, ਸਾਡੇ ਪੇਟ ਦੀ, ਸਾਡੀ ਐਜੂਕੇਸ਼ਨ ਦੀ, ਸਾਡੀ ਹੈਲਥ ਦੀ ਜਿਹੜੀ ਉਹਦੇ ਨਾਲ ਖਿਲਵਾੜ ਨਾ ਕੀਤਾ ਜਾਵੇ। ਉਹਦੇ ਪ੍ਰਤੀ ਮੈਂ ਸਮਝਦਾ ਸਾਰੀਆਂ ਸਰਕਾਰਾਂ ਜਵਾਬਦੇਹ ਆ ਅਤੇ ਇਹ ਵੀ ਸਰਕਾਰ ਜਵਾਬਦੇਹ ਰਹੂਗੀ। ਜੇ ਨਹੀਂ ਰਹੂਗੀ ਤਾਂ ਲੋਕਾਂ ਦਾ ਜਿਹੜਾ ਅਸਲ ਜਿਹੜਾ ਜਨਤਾ ਜਨਾਰਦਨ, ਮੈਂ ਸਮਝਦਾ ਕਿ ਉਹੀ ਰੱਬ ਹੁੰਦੀ ਆ, ਜੇ ਉਹ ਬਣਾ ਸਕਦੇ ਆ ਤਾਂ ਇਹਨਾਂ ਨੂੰ ਲਾ ਵੀ ਸਕਦੇ ਆ। KPD News, हक सच और इंसाफ की आवाज़। KPD News, हक सच और इंसाफ की आवाज़।